ਆਲਟਰਨੇਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਅੱਖਾਂ ਦੀ ਇਨਫੈਕਸ਼ਨ ਨੂੰ ਲੈ ਕੇ ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਨੇ ਚਾਨਣਾ ਪਾਇਆ। ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਅੱਖਾਂ ਦੀ ਇਨਫੈਕਸ਼ਨ ਨੂੰ ਲੈ ਕੇ ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਨੇ ਦਿੱਤੇ ਇਸ ਬਿਮਾਰੀ ਤੋਂ ਰਾਹਤ ਪਾਉਣ ਦੇ ਸੁਝਾਅ, ਨਾਲ ਹੀ ਉਹਨਾਂ ਨੇ ਲੱਛਣ ਵੀ ਦੱਸੇ। ਆਓ ਦੇਖਦੇ ਹਾਂ ਕਿ ਉਹਨਾਂ ਨੇ ਕੀ ਕਿਹਾ। ਤੁਸੀਂ ਦੇਖ ਰਹੇ ਹੋ ਕਰਮਜੀਤ ਜਾਂਬਾ ਜੀ ਬਟਾਲਾ ਤੋਂ ਵਿਕਰਮਜੀਤ ਸਿੰਘ ਦੇ ਨਾਲ ਇਹ ਵਿਸ਼ੇਸ਼ ਰਿਪੋਰਟ। ਹਾਂਜੀ, ਪਿਛਲੇ ਕੁਛ ਸਮੇਂ ਦੌਰਾਨ ਸਭ ਦੇ ਧਿਆਨ 'ਚ ਆਇਆ ਹੋਏਗਾ ਕਿ ਇੱਕ ਅੱਖਾਂ ਦੀ ਬਿਮਾਰੀ ਆਈ ਫਲੂ ਨਾਮ ਦੀ ਚੱਲੀ ਹੋਈ ਆ। ਇਹ ਬਿਮਾਰੀ ਜਿਹੜੀ ਹੁੰਦੀ ਆ, ਜਿਸ ਤਰ੍ਹਾਂ ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਮੌਸਮ 'ਚ ਵਾਤਾਵਰਨ 'ਚ ਚੇਂਜ ਆ ਰਿਹਾ, ਉਹਦੇ ਕਰਕੇ ਹੁੰਦੀ ਆ। ਪਲੱਸ ਪਿੱਛੇ ਜੇ ਫਲੱਡਸ ਵੀ ਆਏ ਸੀਗੇ, ਇਹ ਜਦੋਂ ਇਹ ਹਾਲਾਤ ਇਸ ਤਰ੍ਹਾਂ ਦੇ ਤਿਆਰ ਹੋ ਜਾਂਦੇ ਨੇ ਅਤੇ ਇਹਨਾਂ ਦੇ ਕਰਕੇ ਕੁਛ ਨਵੀਆਂ ਬਿਮਾਰੀ ਜਿਸ ਤਰ੍ਹਾਂ ਆਈ ਫਲੂ ਇਨਫੈਕਸ਼ੀਅਸ ਡਿਜ਼ੀਜ਼ ਆ। ਇਨਫੈਕਸ਼ਨ ਮਤਲਬ ਕਿ ਕਿਸੇ ਵਾਇਰਲ ਜਾਂ ਬੈਕਟੀਰੀਅਲ ਰੀਜ਼ਨ ਕਰਕੇ ਹੁੰਦੀ ਆ। ਇਹਦੇ 'ਚ ਜਿਹੜੇ ਇਹਦੇ ਬਿਮਾਰੀ ਦੇ ਮੇਨ ਲੱਛਣ ਨੇ, ਉਹਦੇ 'ਚ ਅੱਖਾਂ ਦਾ ਲਾਲ ਹੋਣਾ, ਅੱਖਾਂ ਦੀ ਸੋਜ ਹੋਣਾ, ਅੱਖਾਂ 'ਚੋਂ ਪਾਣੀ ਦਾ ਜਾਂ ਪੀਲੇ ਜਿਹੇ ਪਾਣੀ ਦਾ ਡਿਸਚਾਰਜ ਹੋਣਾ, ਇਹ ਸਾਰੇ ਇਸ ਬਿਮਾਰੀ ਦੇ ਲੱਛਣ ਨੇ। ਅਤੇ ਇਹਦੇ 'ਚ ਬੱਚਿਆਂ 'ਚ ਇਹਦੇ 'ਚ ਬੁਖਾਰ ਵੀ ਹੋ ਸਕਦਾ। ਬਾਕੀ ਇਹ ਬਿਮਾਰੀ ਜਦੋਂ ਹੋ ਜਾਂਦੀ ਹੈ, ਇਹਦੇ ਇਲਾਜ ਲਈ ਸਾਨੂੰ ਸਭ ਤੋਂ ਪਹਿਲਾਂ ਕਿ ਕੁਆਲੀਫਾਈ ਡਾਕਟਰ ਕੋਲ ਹੀ ਮੈਡੀਸਨ ਲੈਣੀ ਚਾਹੀਦੀ ਹੈ। ਆਪਣੇ ਆਸ ਪਾਸ ਕਿਸੇ ਵੀ ਡਾਕਟਰ ਜੋ ਕਿ ਅੱਖਾਂ ਦਾ ਕੁਆਲੀਫਾਈ ਡਾਕਟਰ ਨਹੀਂ ਹੈ, ਉਸ ਤੋਂ ਮੈਡੀਸਨ ਨਹੀਂ ਲੈਣੀ ਚਾਹੀਦੀ। ਇਸ ਬਿਮਾਰੀ 'ਚ ਜਿਹੜੇ ਸਟੀਰਾਇਡ ਨੇ, ਆਈ ਡਰੋਪ ਹੁੰਦੇ ਨੇ, ਉਹ ਬਿਲਕੁਲ ਯੂਜ਼ ਨਹੀਂ ਕਰਨੇ ਹੁੰਦੇ। ਇਸੇ ਕਰਕੇ ਮੈਂ ਸਭ ਨੂੰ ਇਹ ਸਲਾਹ ਦੇਵਾਂਗਾ ਕਿ ਅੱਖਾਂ ਦੇ ਡਾਕਟਰ ਕੋਲ ਜਾ ਕੇ ਆਪਣੀ ਅੱਖਾਂ ਚੈੱਕ ਕਰਾ ਕੇ ਜਿਹੜੀ ਪ੍ਰੋਪਰ ਮੈਡੀਸਨ ਹੈ ਉਹ ਲੈਣੀ ਸਟਾਰਟ ਕਰੋ। ਫਿਰ ਇਸ ਬਿਮਾਰੀ 'ਚ ਤੁਸੀਂ ਆਪਣੀਆਂ ਅੱਖਾਂ ਨੂੰ ਵਾਰ ਵਾਰ ਸਾਫ਼ ਪਾਣੀ, ਬਿਲਕੁਲ ਸਾਫ਼ ਸੁਥਰੇ ਪਾਣੀ ਨਾਲ ਵਾਸ਼ ਕਰੋ ਅਤੇ ਅੱਖਾਂ ਦੀ ਕੋਈ ਵਾਈਪਸ ਵਗੈਰਾ ਵੀ ਯੂਜ਼ ਕਰ ਸਕਦੇ, ਡਿਸਪੋਜ਼ੇਬਲ ਵਾਈਪਸ ਹੋਣ। ਔਰ ਕੋਈ ਇੱਕ ਤਰ੍ਹਾਂ ਦਾ ਟੋਵਲ ਵਾਰ ਵਾਰ ਯੂਜ਼ ਨਹੀਂ ਕਰਨਾ ਇਸ ਬਿਮਾਰੀ 'ਚ। ਔਰ ਕੋਸ਼ਿਸ਼ ਕਰੋ ਕਿ ਜਿਹੜਾ ਪੇਸ਼ੈਂਟ ਹੈ ਉਹ ਆਈਸੋਲੇਟ ਹੋ ਜਾਏ, ਉਹ ਇੱਧਰ ਉੱਧਰ ਚੀਜ਼ਾਂ ਨੂੰ ਹੱਥ ਨਾ ਲਗਾਏ। ਔਰ ਇਸ ਬਿਮਾਰੀ 'ਚੋਂ ਜਿਹੜੇ ਰੋਕਣ ਦੇ ਜਿਹੜੇ ਹੈਗੇ ਤਰੀਕੇ ਆ, ਕਿ ਜਿਸ ਤਰ੍ਹਾਂ ਤੁਸੀਂ ਆਪਣੇ ਹੱਥ ਵਾਰ ਵਾਰ ਧੋ ਸਕਦੇ ਹੋ, ਚੰਗੀ ਤਰ੍ਹਾਂ ਸਾਬਣ ਨਾਲ ਧੋ ਸਕਦੇ ਹੋ, ਸੈਨੇਟਾਈਜ਼ਰ ਵਗੈਰਾ ਵੀ ਯੂਜ਼ ਕਰ ਸਕਦੇ ਹੋ, ਆਪਣਾ ਜਿਹੜਾ ਹੱਥ ਹੈ ਉਹਨੂੰ ਫੇਸ ਤੱਕ ਅੱਖਾਂ ਤੱਕ ਨਾ ਲੈ ਕੇ ਜਾਓ। ਕਰਾਊਡਡ ਜਿਹੜੀਆਂ ਪਲੇਸਿਸ ਨੇ, ਜਿਹੜੀਆਂ ਜਿੱਥੇ ਭੀੜ ਭੜੱਕੇ ਵਾਲੀ ਜਗ੍ਹਾ ਜਾਂ ਜਿਸ ਤਰ੍ਹਾਂ ਟਰੈਵਲ ਕਰਦੇ ਹੋ ਤੁਸੀਂ ਰੇਲਵੇ 'ਤੇ, ਬੱਸ 'ਤੇ, ਉਹ ਥੋੜ੍ਹਾ ਜਿਹਾ ਅਵੋਇਡ ਕਰ ਲਓ। ਅਤੇ ਆਪਣਾ ਜਿਹੜਾ ਗੋਗਲਸ ਵਗੈਰਾ ਪਾ ਕੇ ਰੱਖੋ, ਗੋਗਲਸ ਥੋੜ੍ਹਾ ਜਿਹਾ ਘੱਟ ਹੋਣ ਦੇ ਚਾਂਸ ਹੁੰਦੇ ਆ। ਅਤੇ ਇਹਦੇ 'ਚ ਬਸ ਇਹੀ ਹੈ ਕਿ ਹੈਂਡਸ਼ੇਕ ਵਗੈਰਾ ਅਵੋਇਡ ਕਰੋ, ਕਿਸੇ ਨਾਲ ਹੱਥ ਮਿਲਾਉਣਾ ਅਵੋਇਡ ਕਰੋ।